ਨਾਭਾ ਆੜ੍ਹਤੀ ਐਸੋਸੀਏਸ਼ਨ ਚੋਣ ਵਿੱਚ ਆਪ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਦਰਮਿਆਨ ਫਸਮੀ ਟੱਕਰ ਵੇਖਣ ਨੂੰ ਮਿਲ ਰਹੀ ਸੀ। ਪੁਲਿਸ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਇੱਕ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਲਹੋਰਾ ਅਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਤਿੰਦਰ ਸਿੰਘ ਜੱਤੀ ਚੋਣ ਮੈਦਾਨ ਦੇ ਵਿੱਚ ਨੇ। ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਆਪ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਲਹੋਰਾ 11 ਵੋਟਾਂ ਦੇ ਨਾਲ ਜੇਤੂ ਕਰਾਰ ਦਿੱਤੇ ਗਏ, ਜਿਸ ਤੋਂ ਬਾਅਦ ਮੰਡੀ ਦੇ ਵਿੱਚ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਉੱਤੇ ਆੜ੍ਹਤੀ ਐਸੋਸੀਏਸ਼ਨ ਆਪ ਪਾਰਟੀ ਦੇ ਜੇਤੂ ਉਮੀਦਵਾਰ ਕਰਮਜੀਤ ਸਿੰਘ ਨੇ ਕਿਹਾ ਕਿ ਇਹ ਮੇਰੀ ਜਿੱਤ ਆੜ੍ਹਤੀਆਂ ਦੀ ਜਿੱਤ ਹੈ। ਮੈਂਬਰਾਂ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦਾ ਵੀ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਉੱਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੇ ਆਪ ਪਾਰਟੀ ਦੇ ਜੇਤੂ ਉਮੀਦਵਾਰ ਕਰਮਜੀਤ ਸਿੰਘ ਅਲਹੋਰਾ ਨੂੰ ਵਧਾਈ ਦਿੱਤੀ। ਨਾਲ ਹੀ ਉਹਨਾਂ ਕਿਹਾ ਕਿ ਅਸੀਂ ਸਾਰੇ ਹੀ ਆੜ੍ਹਤੀਆਂ ਨੂੰ ਲੈ ਕੇ ਚੱਲਾਂਗੇ, ਕਿਉਂਕਿ ਹਾਰ ਜਿੱਤ ਤਾਂ ਬਣੀ ਹੋਈ ਹੈ। ਉਹਨਾਂ ਨੇ ਸਾਰੇ ਹੀ ਆੜ੍ਹਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਹ ਮੇਰੀ ਜਿੱਤ ਨਹੀਂ ਹੈਗੀ, ਮੇਰੇ ਭਾਈਚਾਰੇ ਦੀ ਜਿੱਤ ਹੈ। ਸਾਰੇ ਜਿਹੜੇ ਮੰਡੀ ਦੇ ਭਾਈਚਾਰੇ ਉਹਨੇ ਬਹੁਤ ਵਧੀਆ ਚੰਗੀ ਤਰੀਕੇ ਨਾਲ ਇੱਥੇ ਸਾਥ ਦਿੱਤਾ ਤੇ ਸ਼ਾਂਤਮਈ ਨਾਲ ਚੋਣ ਹੋਈ ਹੈ। ਸਭ ਤੋਂ ਪਹਿਲਾਂ ਮੈਂ ਆਪਣੇ MLA ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਕੈਂਡੀਡੇਟ ਬਣਾ ਕੇ ਭੇਜਿਆ ਸੀ ਅਤੇ ਮੇਰੀ ਸਪੋਰਟ ਕੀਤੀ ਹੈ, ਉਹਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ, MLA ਸਾਹਿਬ ਦਾ। ਔਰ ਜੋ ਮੰਡੀ ਨੇ ਮੇਰੇ ਤੋਂ ਆਸਾਂ ਰੱਖੀਆਂ ਨੇ, ਮੈਨੂੰ ਵੋਟਾਂ ਪਾਈਆਂ ਨੇ, ਮੈਂ ਹਰ ਵਕਤ ਉਹਦੇ ਪੂਰਾ ਉਤਰਨ ਦੀ ਕੋਸ਼ਿਸ਼ ਕਰੂੰ। ਜਿੱਤ ਦਾ ਸਿਹਰਾ ਕਿਸ ਨੂੰ ਮੰਨਦੇ ਹੋ? ਜਿੱਤ ਦਾ ਸਿਹਰਾ ਭਾਈਚਾਰੇ ਦਾ, ਜਿੱਤ ਦਾ ਸਿਹਰਾ ਹੈ। ਕੋਈ ਇਹਦੇ ਨਿੱਤ ਕੰਮ ਨਵੇਂ ਆਉਂਦੇ ਰਹਿੰਦੇ ਨੇ, ਕੋਈ ਸਥਾਈ ਕੰਮ ਤਾਂ ਹੁੰਦਾ ਨਹੀਂ ਹੈਗਾ। ਜਿਹੜਾ ਵੀ ਮੁਸ਼ਕਲ ਆਊਗੀ ਉਹ ਟਾਈਮ 'ਤੇ ਉਹ ਦੇਖੀ ਜਾਊ, ਉਸ ਹਿਸਾਬ ਨਾਲ ਮੁਸ਼ਕਲ ਉਹਨੂੰ ਹੱਲ ਕੀਤਾ ਜਾਊਗਾ। ਅੱਜ ਨਾਭਾ ਦੀ ਦਾਣਾ ਮੰਡੀ ਦੀ ਇਲੈਕਸ਼ਨ ਸੀਗੀ, ਜਿਹਦੇ ਵਿੱਚ ਸਾਰੇ ਜਿੰਨੇ ਆੜ੍ਹਤੀ ਭਾਈਚਾਰਾ ਸਭ ਨੇ ਆਪਣੀ ਆਪਣੀ ਵੋਟ ਕੀਤੀ ਹੈ। ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਸਰਦਾਰ ਕਰਮਜੀਤ ਸਿੰਘ ਲੌਰਾ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਸੀਗੇ, ਉਹ ਚੋਣ ਜਿੱਤ ਚੁੱਕੇ ਹੈ ਜੀ। ਸੋ ਮੇਰੇ ਵੱਲੋਂ ਸਰਦਾਰ ਕਰਮਜੀਤ ਸਿੰਘ ਜੀ ਹੋਰਾਂ ਨੂੰ, ਲੌਰਾ ਸਾਹਿਬ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ, ਔਰ ਜਿਨ੍ਹਾਂ ਨੇ ਵੀ ਆਪਣਾ ਕੀਮਤੀ ਵੋਟ ਦਿੱਤਾ ਉਹਨਾਂ ਨੂੰ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਾਕੀ ਵੀ ਸਭ ਦਾ ਧੰਨਵਾਦ ਹੈ, ਜਿੱਤ ਹਾਰ ਬਣੀ ਹੋਈ ਹੈ, ਸਭ ਨੂੰ ਨਾਲ ਲੈ ਕੇ ਚੱਲਾਂਗੇ ਜੀ। ਮੰਡੀ ਦੀ ਬਿਹਤਰੀ ਲਈ ਕੰਮ ਕਰਾਂਗੇ ਔਰ ਪਰਮਾਤਮਾ ਕਰੇ ਕਿ ਮੰਡੀ ਹੋਰ ਤਰੱਕੀ ਕਰੇ। ਸਾਰਾ ਭਾਈਚਾਰਾ ਜਿੰਨਾ ਆੜ੍ਹਤੀ ਭਾਈਚਾਰਾ ਸਭ ਨੂੰ ਨਾਲ ਲੈ ਕੇ ਚੱਲਾਂਗੇ। ਸੋ ਜਿਨ੍ਹਾਂ ਨੇ ਵੋਟ ਨਹੀਂ ਵੀ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਵੋਟ ਕੀਤੀ ਹੈ ਉਹਨਾਂ ਨੂੰ ਸਿਰ ਝੁਕਾ ਕੇ ਬਹੁਤ ਬਹੁਤ ਧੰਨਵਾਦ। ਕਰਮਜੀਤ ਸਿੰਘ ਜੀ ਲੌਰਾ ਨੂੰ ਬਹੁਤ ਬਹੁਤ ਮੁਬਾਰਕਬਾਦ। ਬੜੀ ਸਾਫ਼ ਸੁਥਰੀ ਅਤੇ ਬੜੇ ਨਿਰੋਲ ਤਰੀਕੇ ਨਾਲ ਇਲੈਕਸ਼ਨ ਹੋਈ ਆ। ਪਿਛਲੀਆਂ ਸਰਕਾਰਾਂ ਵਾਂਗੂ ਨਾ ਕੋਈ ਪ੍ਰਧਾਨ ਥੋਪਿਆ ਗਿਆ, ਲੋਕਾਂ ਦੀ ਮਨਪਸੰਦ ਤਰੀਕੇ ਨਾਲ ਵੋਟਿੰਗ ਹੋਈ ਆ ਅਤੇ ਬੜੇ ਚੰਗੀ ਨਿਰੋਲ ਵੋਟਿੰਗ ਹੋਈ ਆ। ਮਨਪਸੰਦ ਨਾਲ ਲੋਕਾਂ ਨੇ ਕਰਮਜੀਤ ਸਿੰਘ ਭੋਲੀ ਲੌਰਾ ਜੀ ਨੂੰ ਆਪਣਾ ਪ੍ਰਧਾਨ ਚੁਣਿਆ ਅਤੇ ਬੜੀ ਵੱਡੀ ਵੋਟਿੰਗ ਹੋਈ ਹੈ ਇੱਥੇ। ਮੈਨੂੰ ਲੱਗਦਾ ਸਾਰੀਆਂ ਹੀ 190 ਜਾਂ 95 ਵੋਟਾਂ ਨੇ, 102 ਵੋਟਾਂ ਪਈਆਂ ਨੇ ਭੋਲੀ ਜੀ ਨੂੰ ਅਤੇ 11 ਵੋਟਾਂ ਨਾਲ ਜੇਤੂ ਰਹੇ ਨੇ। ਅਤੇ ਗੁਰਦੇਵ ਸਿੰਘ ਦੇਵਮਾਨ ਜੀ ਦਾ ਜੋ ਪਿਛਲਾ ਕੰਮ ਕੀਤਾ ਹੋਇਆ ਮੰਡੀ ਦੇ ਲੋਕਾਂ ਲਈ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਸਾਡੇ ਭੋਲੀ ਜੀ ਨੂੰ ਚੰਗਾ ਇਨਸਾਨ ਦੇ ਨੀਤਾਂ ਅਤੇ ਬਹੁਤ ਚੰਗੀਆਂ ਵੋਟਾਂ ਨਾਲ ਲੀਡ ਮਿਲੀ ਹੈ ਜੀ। ਅਸੀਂ ਤਾਂ ਕੋਈ ਮੁਕਾਬਲਾ ਗਿਣਦੇ ਹੀ ਨਹੀਂ ਤੇ ਬਹੁਤ ਵੱਧ ਵੋਟਾਂ ਪੈਣ ਦੀ, ਹੁਣ ਤਾਂ ਸਾਰੀਆਂ ਪੈ ਗਈਆਂ ਸਾਨੂੰ, ਸਾਰੀ ਮੰਡੀ ਦੀਆਂ ਸਾਨੂੰ ਪੈ ਗਈਆਂ, ਸਾਰੀ ਮੰਡੀ ਸਾਡੇ ਨਾਲ ਹੈ, ਬਹੁਤ ਖੁਸ਼ੀ ਦਾ ਮਾਹੌਲ ਹੈ। ਮੰਡੀ ਨੇ ਸਾਰੀ ਨੇ ਸਾਨੂੰ ਫਤਵਾ ਦਿੱਤਾ। ਕਿੰਨੀ ਕੁ ਮਿਹਨਤ ਕਰਨੀ ਪਈ? ਮਿਹਨਤ ਤਾਂ ਬਸ ਥੋੜ੍ਹੀ ਕੀਤੀ, ਕੀਤੀ ਹੋ ਨਹੀਂ ਹੁੰਦਾ ਬਿਨਾਂ ਮਿਹਨਤ ਕੀਤੀ ਹੋ ਗਿਆ ਤਾਂ, ਇਹ ਤਾਂ ਮੰਡੀ ਦੇ ਆੜ੍ਹਤੀਆਂ ਨੇ ਕੀਤੀ ਜਿਹਨੇ ਸਾਨੂੰ ਵੋਟਾਂ ਲਾਈ, ਉਹਨਾਂ ਦਾ ਧੰਨਵਾਦ ਹੈ ਸਾਰੀ ਮੰਡੀ ਦਾ। ਅਗਲਾ ਕਦਮ ਕੀ ਹੈ? ਅਗਲਾ ਕਦਮ ਤਾਂ ਅਸੀਂ ਪਹਿਲੀ ਕਰ ਰਹੇ ਹਾਂ, ਕੰਮ ਕਰਾਂਗੇ।
ਜਿਹੜਾ ਕੰਮ ਉਹ ਕਰਾਂਗੇ। ਅੱਜ ਆਮ ਆਦਮੀ ਪਾਰਟੀ ਨਾਭਾ ਦੇ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਕਰਮਜੀਤ ਸਿੰਘ ਭੋਲੀ ਜੀ ਜਿੱਤੇ ਨੇ ਵੱਡੇ ਮਾਰਜਨ ਦੇ ਨਾਲ, ਅਤੇ ਬਹੁਤ ਖੁਸ਼ੀ ਦੀ ਗੱਲ ਹੈ। ਪਾਰਟੀ ਵਲੰਟੀਅਰ ਸਾਡੇ ਸਾਰੇ ਢੋਲ ਵਜਾ ਕੇ ਲੱਡੂ ਵੰਡ ਕੇ ਖੁਸ਼ੀ ਵੰਡ ਰਹੇ ਨੇ, ਅਤੇ ਭੋਲੀ ਜੀ ਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਹੋਈ ਹੈ। 190 ਵੋਟਾਂ ਦੇ ਵਿੱਚੋਂ 102 ਵੋਟਾਂ ਜਿਹੜੀਆਂ ਨੇ ਭੋਲੀ ਜੀ ਨੂੰ ਪ੍ਰਾਪਤ ਹੋਈਆਂ ਨੇ, 12 ਵੋਟਾਂ ਦੇ ਨਾਲ ਜਿੱਤ ਹੋਈ ਹੈ। ਅਤੇ ਇਹ MLA ਸਰਦਾਰ ਗੁਰਦੇਵ ਸਿੰਘ ਦੇਵਮਾਨ ਉਹਨਾਂ ਦੀ ਜਿੱਤ ਹੈ ਜੀ, ਅਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਇੱਦਾਂ ਹੀ ਪਾਰਟੀ ਦੀ ਸੇਵਾ ਕਰਦੇ ਰਹਿਣ। ਸੋ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ, ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਦੀ ਇਲੈਕਸ਼ਨ ਤੀ। ਸੋ ਸਾਡੇ ਕਰਮਜੀਤ ਸਿੰਘ ਲੋਰਾਂ ਵੱਡੀ ਲੀਡ ਨਾਲ ਜਿੱਤੇ ਨੇ। ਇੱਕ ਇਹ ਮੈਸੇਜ ਆਉਂਦਾ ਵੀ ਪੀਸਫੁਲੀ ਇਲੈਕਸ਼ਨ ਹੋਈ ਆ, ਬਿਲਕੁਲ ਕੋਈ ਲੜਾਈ ਝਗੜਾ ਨਹੀਂ, ਬਿਲਕੁਲ ਇਮਾਨਦਾਰੀ ਨਾਲ ਇਲੈਕਸ਼ਨ ਹੋਈ ਆ। ਸੋ MLA ਸਾਹਿਬ ਦੇਵਮਾਨ ਜੀ ਨੂੰ ਇਹ ਸਿਹਰਾ ਜਾਂਦਾ। ਸੋ ਅੱਜ ਬਹੁਤ ਖੁਸ਼ੀ ਦਾ ਦਿਨ ਆ, ਭੋਲੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਜੀਤ ਸਾਡਾ ਵੀਰ ਬਹੁਤ ਸਾਫ਼ ਸੁਥਰਾ, ਇਹ ਬਹੁਤ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਾਰੇ ਭਾਈਚਾਰੇ ਨੇ ਔਰ ਤਨਦੇਹੀ ਨਾਲ ਵੋਟਾਂ ਪਾ ਕੇ। ਹਾਲਾਂਕਿ ਇਹਨੂੰ ਵਿਚਾਰੇ ਨੂੰ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ ਇੰਨਾ ਚੰਗੀ ਤਰ੍ਹਾਂ, ਪਰ ਫਿਰ ਵੀ ਸਾਡੇ ਸਾਥੀਆਂ ਨੇ, ਨਾਲ ਵਾਲੇ ਸਾਥੀਆਂ ਨੇ ਪੂਰਾ ਹੰਭਲਾ ਮਾਰ ਕੇ ਇੱਕ ਇੱਕ ਵੋਟ ਦੇ ਘਰ ਜਾ ਕੇ ਕਿੰਨੀਆਂ ਵੋਟਾਂ ਹਾਸਲ ਹੋਈਆਂ, ਪ੍ਰਾਪਤ ਹੋਈਆਂ ਨੇ 102 ਤੇ 92 ਜਤਿੰਦਰ ਕੈਂਸਲ ਹੋ ਗਈ ਹੈ। ਇਹ ਅਸੀਂ ਕਹਿੰਦੇ ਵੀ ਸਾਰੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ, ਤੇ ਰਲ ਮਿਲ ਕੇ ਸਾਰੇ ਕੰਮ ਕਰਾਂਗੇ, ਕੋਈ ਪੱਖਪਾਤ ਵਾਲੀ ਗੱਲ ਨਹੀਂ ਹੋਏਗੀ। ਸਾਰਿਆਂ ਨੂੰ ਵਧਾਈਆਂ ਤੇ ਚੜ੍ਹਦੀਆਂ ਕਲਾ ਬਖਸ਼ੇ। ਭੋਲੀ ਜੀ 11 ਵੋਟਾਂ ਨੇ ਜਿੱਤੇ ਨੇ।